ਕਿਸ਼ਨ ਧਿਆਈ ਹੈ ਜਿਸ ਡਿਠੈ ਸਭ ਦੁੱਖ ਜਾਏ। ਸੋ ਇਸ ਮਹਾਪੁਰਖ ਇਹ ਸਾਡੇ 8ਵੇਂ ਗੁਰੂ ਦੇ ਨਾਮ ਦੇ ਉੱਤੇ ਅੱਜ ਟਾਂਡਾ ਵਿਖੇ ਸ਼੍ਰੀ ਭਗਵਾਨ ਸਿੰਘ ਸੈਣੀ ਉਹਨਾਂ ਦੀ ਰਹਿਨੁਮਾਈ ਦੇ ਵਿੱਚ ਉਹਨਾਂ ਦੀ ਪ੍ਰਧਾਨਗੀ ਦੇ ਵਿੱਚ ਅੱਜ ਸ਼੍ਰੀ ਹਰਕ੍ਰਿਸ਼ਨ ਜੀਵਨ ਜੋਤ ਵੈਲਫੇਅਰ ਸੁਸਾਇਟੀ ਦਾ ਗਠਨ ਕੀਤਾ ਗਿਆ। ਸੋ ਇਸ ਸਾਡੀ ਸੰਸਥਾ ਦਾ ਮੁੱਖ ਮੰਤਵ ਪੰਜਾਬੀ ਭਾਸ਼ਾ ਦੇ ਵਿੱਚ ਆ ਰਹੇ ਨਿਘਾਰ ਨੂੰ ਉੱਪਰ ਲੈ ਕੇ ਜਾਣਾ ਆ, ਉਸ ਨੂੰ ਪੰਜਾਬੀ ਭਾਸ਼ਾ ਦਾ ਪੱਧਰ ਜਿਹੜਾ ਉਹ ਚੱਕਣਾ, ਕਿਉਂਕਿ ਸਾਡੇ ਵਿਦਿਆਰਥੀਆਂ ਵਿੱਚ ਅਤੇ ਭਾਵੇਂ ਸਾਡੇ ਆਮ ਲੋਕਾਂ ਦੇ ਵਿੱਚ ਪੰਜਾਬ ਦੇ ਵਿੱਚ ਅਸੀਂ ਆਮ ਵਿਚਰਦੇ ਹੋਏ ਆਮ ਬੋਲਚਾਲ ਵਿੱਚ ਵੀ ਪੰਜਾਬੀ ਦੀ ਜਗ੍ਹਾ ਅੰਗਰੇਜ਼ੀ ਦਾ ਜ਼ਿਆਦਾ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਹੈ ਅਤੇ ਸਾਡਾ ਜੋ ਪੱਧਰ ਆ ਪੰਜਾਬੀ ਦੇ ਸ਼ਬਦਾਂ ਦਾ ਜਾਂ ਪੰਜਾਬੀ ਭਾਸ਼ਾ ਦੀ ਵਰਤੋਂ ਦਾ ਉਹ ਲਗਾਤਾਰ ਦਿਨ ਬ ਦਿਨ ਡਿੱਗਦਾ ਜਾ ਰਿਹਾ, ਜਿਹਦਾ ਖਮਿਆਜ਼ਾ ਕਿਤੇ ਨਾ ਕਿਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਭੁਗਤਣਾ ਪਏਗਾ। ਅਤੇ ਸਾਡੀਆਂ ਸਰਕਾਰਾਂ ਵੱਲੋਂ ਕਿਉਂਕਿ ਕੋਈ ਖਾਸ ਯਤਨ ਨਹੀਂ ਕੀਤੇ ਜਾ ਰਹੇ ਇਸ ਪੰਜਾਬੀ ਭਾਸ਼ਾ ਨੂੰ ਉੱਤੇ ਚੱਕਣ ਦੇ ਵਿੱਚ, ਸਗੋਂ ਉਹਨਾਂ ਵੱਲੋਂ ਉਲਟਾ ਇਹਦੇ ਉੱਤੇ ਵਾਰ ਕੀਤਾ ਜਾ ਰਿਹਾ ਆ, ਇਹਨੂੰ ਨਿਘਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹਦਾ। ਸੋ ਇਸ ਸੰਸਥਾ ਦਾ ਮੁੱਖ ਮੰਤਵ ਸਰਕਾਰ ਦੇ ਨਾਲ ਮੱਥਾ ਲਾ ਕੇ ਉਹਦੇ ਦੁਆਰਾ ਜਿਹੜੀਆਂ ਗਲਤ ਨੀਤੀਆਂ ਜਾਂ ਕੁਛ ਵੀ ਹੋਏਗਾ ਉਹਦੇ ਵਿਰੋਧ ਵਿੱਚ ਅਸੀਂ ਖੜਾਂਗੇ ਅਤੇ ਡਟ ਕੇ ਉਹਦਾ ਵਿਰੋਧ ਕਰਾਂਗੇ। ਗੁਰੂ ਹਰਕ੍ਰਿਸ਼ਨ ਜੀਵਨ ਜੋਤ ਵੈਲਫੇਅਰ ਸੁਸਾਇਟੀ ਦੀ ਸਥਾਪਨਾ ਕੀਤੀ ਗਈ, ਜਿਸ ਵਿੱਚ ਪੰਜਾਬੀ ਭਾਸ਼ਾ ਦੇ ਵਿਸ਼ੇ ਨੂੰ ਮੁੱਖ ਰੱਖਿਆ ਗਿਆ, ਜੋ ਕਿ ਪੰਜਾਬੀ ਭਾਸ਼ਾ ਜਿਹੜੀ ਆ ਬਹੁਤ ਨੀਚੇ ਪੱਧਰ 'ਤੇ ਜਾ ਰਹੀ ਆ। ਇਸ ਕਰਕੇ ਮਤਲਬ ਇਹਨੂੰ ਪ੍ਰਫੁੱਲਿਤ ਕਰਨ ਲਈ ਅਸੀਂ ਮਤਲਬ ਸਰਦਾਰ ਭਗਵਾਨ ਸਿੰਘ ਜੀ ਸੈਣੀ ਜਿਨ੍ਹਾਂ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ, ਅਸੀਂ ਪਰਮਾਤਮਾ ਇਹਨਾਂ ਨੇ ਚੜ੍ਹਦੀ ਕਲਾ ਰੱਖੇ ਅਤੇ ਸੁਸਾਇਟੀ ਨੂੰ ਵਧਣ ਦਾ ਮਤਲਬ ਬਲ ਬਖਸ਼ੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਸ਼੍ਰੀ ਗੁਰੂ ਹਰਕ੍ਰਿਸ਼ਨ ਜੀਵਨ ਜੋਤ ਸੁਸਾਇਟੀ ਜੋ ਕਿ ਅੱਜ ਗਠਨ ਕੀਤਾ ਆ, ਜਿਸ ਦੇ ਪ੍ਰਧਾਨ ਆਪਾਂ ਭਗਵਾਨ ਸਿੰਘ ਸੈਣੀ ਜੀ ਨੂੰ ਨਿਯੁਕਤ ਕੀਤਾ, ਅਤੇ ਇਹ ਬਹੁਤ ਹੀ ਵੱਡਾ ਉਪਰਾਲਾ ਆ ਸਾਡੇ ਸਾਰਿਆਂ ਦਾ ਇਕੱਠੇ ਹੋ ਕੇ ਕਿ ਇਸ ਦੇ ਵਿੱਚ ਮੇਨ ਏਜੰਡਾ ਸਾਡਾ ਜੋ ਹੈ ਪੰਜਾਬੀ ਭਾਸ਼ਾ ਨੂੰ ਲੈ ਕੇ ਹੈ ਕਿ ਜੋ ਸਾਡੇ ਦਿਲਾਂ ਦੇ ਵਿੱਚੋਂ ਵਿਚਰਦੀ ਜਾ ਰਹੀ ਹੈ, ਸਾਡੀ ਨਵੀਂ ਪੀੜ੍ਹੀ ਦੇ ਮਨਾਂ ਦੇ ਵਿੱਚੋਂ ਵਿਚਰਦੀ ਜਾ ਰਹੀ ਹੈ, ਉਸ ਨੂੰ ਉਜਾਗਰ ਕਰਨ ਲਈ, ਤਾਂ ਕਿ ਅਸੀਂ ਕੋਈ ਵੀ ਕੰਮ ਕਾਜ ਲਿਖਾ ਪੜ੍ਹੀ ਦੇ ਕਰਦੇ ਹਾਂ, ਦਫ਼ਤਰਾਂ ਦੇ ਵਿੱਚ ਜਾ ਕੇ ਜਾਂ ਕਿਸੇ ਨਾਲ ਭਾਈਚਾਰਕ ਨਾਲ ਗੱਲਬਾਤ ਕਰਨ ਲੱਗੇ, ਤਾਂ ਪੰਜਾਬੀ ਵਿਸ਼ੇ ਨੂੰ ਮਜ਼ਬੂਤ ਬਣਾਉਣ ਲਈ ਅਸੀਂ ਇਹ ਉਪਰਾਲਾ ਕੀਤਾ ਆ। ਅਤੇ ਮੈਂ ਬਹੁਤ ਹੀ ਬਹੁਤ ਸ਼ੁਕਰਗੁਜ਼ਾਰ ਹਾਂ ਇਸ ਸੁਸਾਇਟੀ ਦੇ ਸਾਰੇ ਆਪਣੇ ਵਰਕਰਾਂ ਦਾ ਵੀ ਜਿਨ੍ਹਾਂ ਨੇ ਇਸ ਨੂੰ ਉਪਰਾਲਾ ਕੀਤਾ, ਅਤੇ ਮੇਨ ਭਗਵਾਨ ਸਿੰਘ ਸੈਣੀ ਜੋ ਇਸ ਦੇ ਪ੍ਰਧਾਨ ਨੇ, ਬਹੁਤ ਬਹੁਤ ਉਹਨਾਂ ਦਾ ਮੈਂ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਇਸ ਏਜੰਡੇ ਨੂੰ ਮੁੱਖ ਰੱਖਦੇ ਹੋਏ ਇਸ ਲਹਿਰ ਨੂੰ ਤੋਰਿਆ ਆ। ਤਾਂ ਜਿਵੇਂ ਉਹਨਾਂ ਨੇ ਇਸ ਲਹਿਰ ਨੂੰ ਤੋਰਿਆ ਆ, ਅਸੀਂ ਨਾਲ ਮੋਢੇ ਨਾਲ ਮੋਢਾ ਲਾ ਕੇ ਇਸ ਲਹਿਰ ਨੂੰ ਕਾਮਯਾਬ ਬਣਾਵਾਂਗੇ ਅਤੇ ਦਿਨ ਦੁੱਗਣੀ ਰਾਤ ਚੌਗਣੀ ਇਹਨੂੰ ਵਧਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਟਾਂਡਾ ਵਿਖੇ ਸ਼੍ਰੀ ਹਰਕ੍ਰਿਸ਼ਨ ਜੀਵਨ ਜੋਤ ਵੈਲਫੇਅਰ ਸੁਸਾਇਟੀ ਟਾਂਡਾ ਦਾ ਮੈਂਬਰਾਂ ਦਾ ਗਠਨ ਕੀਤਾ ਗਿਆ, ਜਿਸ ਵਿੱਚ ਸੁਸਾਇਟੀ ਦੇ ਪ੍ਰਧਾਨ ਸ਼੍ਰੀ ਭਗਵਾਨ ਸਿੰਘ ਸੈਣੀ ਜੋ ਚੁਣਿਆ ਗਿਆ। ਅਤੇ ਇਸ ਸੁਸਾਇਟੀ ਦਾ ਮੇਨ ਮਕਸਦ ਜਿਹੜਾ ਹੈਗਾ ਉਹ ਪੰਜਾਬੀ ਭਾਸ਼ਾ ਨੂੰ ਇੱਕ ਜੋ ਕਿ ਸਾਡੇ ਸਮਾਜ ਦੇ ਵਿੱਚ ਇੱਕ ਬਹੁਤ ਪਿੱਛੜ ਚੁੱਕੀ ਹੈ ਭਾਸ਼ਾ, ਜਿਹਦੇ ਵਿੱਚ ਲੋਕ ਸਾਡੇ ਹੀ ਪੰਜਾਬੀ ਲੋਕ ਜਿਹੜੇ ਇਸ ਤੋਂ ਬਹੁਤ ਦੂਰ ਹੁੰਦੇ ਜਾ ਰਹੇ ਆ, ਆਪਣੇ ਬੱਚਿਆਂ ਨੂੰ ਵੀ ਇਸ ਤੋਂ ਦੂਰ ਕਰਦੇ ਜਾ ਰਹੇ ਆ। ਅਤੇ ਇਸ ਭਾਸ਼ਾ ਨੂੰ ਬਚਾਉਣ ਲਈ ਜਿਹੜੀ ਇਹ ਸੁਸਾਇਟੀ ਦਾ ਗਠਨ ਕੀਤਾ ਗਿਆ ਹੈ, ਅਤੇ ਇਹਦੇ ਮੈਂਬਰਾਂ ਦੀ ਜਿਹੜੀ ਚੋਣ ਹੈਗੀ ਅੱਗੇ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਕੀਤੀ ਜਾਵੇ। ਅੱਜ ਅਸੀਂ ਟਾਂਡਾ ਵਿਖੇ ਸ਼੍ਰੀ ਗੁਰੂ ਹਰਕ੍ਰਿਸ਼ਨ ਜੀਵਨ ਜੋਤ ਵੈਲਫੇਅਰ ਸੁਸਾਇਟੀ ਦਾ ਗਠਨ ਕੀਤਾ ਆ, ਜਿਨ੍ਹਾਂ ਦੇ ਪ੍ਰਧਾਨ ਸ਼੍ਰੀ ਭਗਵਾਨ ਸਿੰਘ ਜੀ ਸੈਣੀ ਹੋਣਗੇ। ਅਤੇ ਇਹਨਾਂ ਦਾ ਉਪਰਾਲਾ ਇਹ ਆ ਕਿ ਸਾਡੇ ਪੰਜਾਬ ਵਿੱਚ ਪੰਜਾਬੀ ਬੋਲੀ ਖਤਮ ਹੁੰਦੀ ਜਾ ਰਹੀ ਆ, ਅਤੇ ਅਸੀਂ ਸਾਰਿਆਂ ਨੇ ਉਪਰਾਲਾ ਕਰਕੇ ਪੰਜਾਬੀ ਨੂੰ ਬਚਾਉਣ ਦੀ ਕੋਸ਼ਿਸ਼ ਕਰਨੀ ਆ।